ਫੌਜ ਦੀ ਵਰਦੀ 'ਚ ਘੁੰਮਦੇ ਜਵਾਨਾਂ ਨੂੰ ਦੇਖ ਕੇ ਲੋਕ ਚਿੰਤਾ ਮੁਕਤ ਹੋ ਜਾਂਦੇ ਨੇ, ਪਰ ਕਈ ਵਾਰ ਲੋਕ ਅੱਧੀ ਅਧੂਰੀ ਵਰਦੀ ਪਾਈ ਤੁਰੇ ਜਾਂਦੇ ਵਿਅਕਤੀ ਨੂੰ ਦੇਖ ਕੇ ਚੌਂਕ ਜਾਂਦੇ ਨੇ ਅਤੇ ਡਰ ਵੀ ਜਾਂਦੇ ਨੇ। ਬਠਿੰਡਾ ਦੇ ਕੈਂਟ ਇਲਾਕੇ ਵਿੱਚ ਇੱਕ ਸ਼ੱਕੀ ਵਿਅਕਤੀ ਫੌਜੀ ਦੀ ਅੱਧੀ ਅਧੂਰੀ ਵਰਦੀ ਪਾਈ ਘੁੰਮਦਾ ਨਜ਼ਰ ਆਇਆ ਤਾਂ ਲੋਕਾਂ ਨੇ ਝੱਟ ਪੁਲਿਸ ਨੂੰ ਇਸ ਬਾਰੇ ਖਬਰ ਦੇ ਦਿੱਤੀ, ਕਿਉਂਕਿ ਖੁਫੀਆ ਏਜੰਸੀਆਂ ਵੱਲੋਂ ਸਰਕਾਰਾਂ ਨੂੰ ਚੌਕਸ ਕੀਤਾ ਹੋਇਆ ਹੈ ਕਿ ਕਿਸੇ ਵੇਲੇ ਵੀ ਕੋਈ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ। ਇਸ ਲਈ ਪੁਲਿਸ ਵੀ ਤੁਰੰਤ ਵਿਅਕਤੀ ਨੂੰ ਕਾਬੂ ਕਰਨ ਲਈ ਮੌਕੇ 'ਤੇ ਪਹੁੰਚ ਗਈ। ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਹੈ। ਇੱਕ ਆਦੇਸ਼ ਯੂਨੀਵਰਸਿਟੀ ਤੋਂ ਕਰਨਲ ਸਿੱਧੂ ਸਿਕਿਉਰਿਟੀ ਇੰਚਾਰਜ ਦਾ ਇੱਕ ਫੋਨ ਆਇਆ ਸੀਗਾ SHO ਕੈਂਟ ਨੂੰ ਕਿ ਇੱਥੇ ਇੱਕ ਅਧੂਰੀ ਯੂਨੀਫਾਰਮ ਜਿਹੜੀ ਆਰਮੀ ਦੀ ਪਾਈ ਹੋਈ ਹੈ, ਇਸ ਸੰਬੰਧੀ ਡਿਊਟੀ ਅਫਸਰ ਜਾ ਕੇ ਉਹਨੂੰ ਉੱਥੋਂ ਲੈ ਕੇ ਆਇਆ ਔਰ ਕੁਛ ਗੱਲਾਂ ਕਲੀਅਰ ਹੋਈਆਂ ਕਿ ਉਹ ਨਾਭੇ ਤੋਂ ਕਿਸੇ ਆਰਮੀ ਆਫਿਸਰ ਦਾ ਅਫਸਰ ਦਾ ਜਾਂ ਮੁਲਾਜ਼ਮ ਦਾ ਉੱਥੋਂ ਬੈਗ ਉਹਨੇ ਚੱਕ ਲਿਆ ਅਤੇ ਉਹ ਮੈਂਟਲੀ ਉਹਦੀਆਂ ਗੱਲਾਂ ਤੋਂ ਲੱਗ ਰਿਹਾ ਕਿ ਮੈਂਟਲੀ ਅਪਸੈਟ ਆ। ਸੋ ਉਹਨੇ ਅਧੂਰੀ ਯੂਨੀਫਾਰਮ ਪਾਈ ਸੀਗੀ ਜਿਸ ਕਰਕੇ ਉਹ ਰਿਟਾਇਰਡ ਆਰਮੀ ਅਫਸਰ ਸੀਗਾ, ਉਹਨੂੰ ਇਸ ਬਾਰੇ ਜਾਣਕਾਰੀ ਸੀ ਕਿ ਉਹਨੇ ਸਾਨੂੰ ਇਨਫੋਰਮ ਕਰਤਾ। ਅਸੀਂ ਇਹਨੂੰ ਲਿਆ ਹਾਂ, ਉਹਦੀ ਫੈਮਿਲੀ ਮੈਂਬਰ ਨੂੰ ਬੁਲਾਇਆ, ਅਸੀਂ ਮੁਕਤਸਰ ਦਾ ਰਹਿਣ ਵਾਲਾ। ਸੋ ਅਸੀਂ ਵੈਰੀਫਾਈ ਕਰ ਰਹੇ ਹਾਂ, ਜੇ ਉਹਨੂੰ ਕੋਈ ਪ੍ਰੋਬਲਮ ਹੋਈ ਮੈਂਟਲੀ ਤਾਂ ਫਿਰ ਅਸੀਂ ਡਾਕਟਰ ਦੀ ਵੀ ਰਹਿ ਲਵਾਂਗੇ। ਸਰ ਮਨਸ਼ਾ ਕੀ ਲੱਗਦੀ ਸੀ ਉਸ ਬੰਦੇ ਦੀ, ਮੁੱਢਲੀ ਅਸੀਂ ਪੁੱਛਗਿੱਛ ਕੀਤੀ ਹੋਣੀ ਹੈ? ਨਹੀਂ, ਇਹ ਅਜੇ ਤੱਕ ਕੋਈ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ। ਵੈਸੇ ਉਹਨੂੰ ਦੱਸ ਰਿਹਾ ਜਿਸ ਹਿਸਾਬ ਨਾਲ ਕਿ ਮੈਨੂੰ ਸ਼ੌਂਕ ਸੀ, ਮੈਨੂੰ ਭਰਤੀ ਆਰਮੀ 'ਚ ਭਰਤੀ ਹੋਣ ਦਾ ਸ਼ੌਂਕ ਸੀਗਾ ਅਤੇ ਇਸ ਕਰਕੇ ਉਹ ਮੈਂਟਲੀ ਵੀ ਅਪਸੈਟ ਆ, ਉਹਦੇ ਫੈਮਿਲੀ ਮੈਂਬਰ ਆ ਰਹੇ। ਕਾਰਵਾਈ ਬਣਦੀ ਸਰ ਉਹਦੇ ਖਿਲਾਫ਼ ਕੀ ਹੋਏਗਾ, ਚਾਹੇ ਜੇ ਕਾਨੂੰਨ ਕੀ ਕਹਿੰਦਾ? ਉਹ ਪਹਿਲਾਂ ਅਸੀਂ ਡਾਕਟਰ ਦੀ ਰਾਇ ਲਵਾਂਗੇ, ਵਾਕਿਆ ਉਹਨੂੰ ਮੈਂਟਲੀ ਪ੍ਰੋਬਲਮ ਹੈਗੀ ਆ, ਜੇ ਬਾਏ ਦਾ ਵੇ ਨਹੀਂ ਆ ਤਾਂ ਫਿਰ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ, ਦੇਖਾਂਗੇ ਉਹ ਕਿਸ ਮਕਸਦ ਨਾਲ ਇਹ ਕਰ ਰਿਹਾ। ਵਿਅਕਤੀ ਨੇ ਫੌਜੀ ਵਰਦੀ ਕਿਉਂ ਪਾਈ ਇਸ ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਕਿਸੇ ਸਾਜਿਸ਼ ਤਹਿਤ ਇਹ ਵਰਦੀ ਪਾਈ ਗਈ ਜਾਂ ਵਾਕਿਆ ਹੀ ਇਹ ਵਿਅਕਤੀ ਮਾਨਸਿਕ ਬਿਮਾਰ ਹੈ, ਇਸ ਦਾ ਪਤਾ ਲਾਉਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਪੰਜਾਬ ਵਿੱਚ ਪਹਿਲਾਂ ਵੀ ਫੌਜੀ ਦੀ ਵਰਦੀ ਵਿੱਚ ਆ ਕੇ ਅੱਤਵਾਦੀਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਬਠਿੰਡਾ ਤੋਂ ਧਰਮਚੰਦਰ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।